ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵੀਦ ਜੋਬ ਅਲਰਟ ਤੇ ਤਾਂ ਅੱਜ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਵੇਲਦਾਰਾਂ ਦੀ ਰੈਗੂਲਰ ਭਰਤੀ ਦੇ ਸਬੰਧ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਸੋ ਇੱਥੇ ਫੌਂਟ ਨਾਲ ਮਿਸਟੇਕ ਹੋਈ ਹੈ ਜਿੱਥੇ ਬੈਲਦਾਰ ਪੈ ਗਿਆ ਤਾਂ ਇੱਥੇ ਵੇਲਦਾਰ ਨੇ ਤਾਂ ਇਹ ਮੋਗੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਭਰਤੀ ਆਈ ਹੈ ਤਾਂ ਇਹਦੀ ਸਾਰੀ ਜਿਹੜੀ ਜਾਣਕਾਰੀ ਆ ਚੁੱਕੀ ਹੈ ਕੀ ਕੀ ਡਿਟੇਲ ਚਾਹੀਦੀ ਹੈ ਉਮਰ ਕਿੰਨੀ ਮੰਗੀ ਗਈ ਹੈ ਫੀਸ ਕਿੰਨੀ ਹੈ ਵਿਦਿਅਕ ਯੋਗਤਾ ਕੀ ਹੈ ਸਾਰਾ ਕੁਝ ਤੁਹਾਨੂੰ ਵਿਸਤਾਰ ਨਾਲ ਇਸ ਵੀਡੀਓ ਦੇ ਵਿੱਚ ਦੱਸਾਂਗੇ ਡੇਲੀ ਤੁਹਾਨੂੰ ਇਸੇ ਤਰ੍ਹਾਂ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਉਸ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਆਂ ਜੀ ਪੂਰੀ ਜਾਣਕਾਰੀ ਤਾਂ ਨਗਰ ਨਿਗਮ ਮੋਗਾ ਦੇ ਵਿੱਚ ਬੇਲਦਾਰਾਂ ਦੀ ਰੈਗੂਲਰ ਭਰਤੀ ਲਈ ਸ਼ਰਤਾਂ ਦਾ ਵੇਰਵਾ ਜਿਹੜਾ ਨਗਰ ਨਿਗਮ ਮੋਗਾ ਦੇ ਜਨਰਲ ਹਾਊਸ ਮਤ ਅੰਬਰ 236 ਅਤੇ 28/3/2023 ਦੀ ਰੋਸ਼ਨੀ ਵਿੱਚ ਇਹਨਾਂ ਨੇ ਜਾਰੀ ਕੀਤਾ ਸੋ ਪਹਿਲਾ ਉਮੀਦਵਾਰ ਦੀ ਉਮਰ ਸੀਮਾ ਇਹਨਾਂ ਨੇ ਇੱਥੇ ਮੈਂਸ਼ਨ ਕੀਤੀ ਹੈ 1/1/2030 ਤੋਂ ਕਾਊਂਟ ਆ ਜਿਹੜੀ ਕੀਤੀ ਜਾਵੇਗੀ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ ਹੈ ਜਿਹੜੀ ਕਟੋ-ਕਟ 18 ਸਾਲ ਹੋਣੀ ਚਾਹੀਦੀ ਹੈ। ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਜਿਹੜੀ ਉੱਪਰਲੀ ਉਮਰ ਸੀਮਾ ਹੈ ਉਹ 37 ਸਾਲ ਹੋਵੇਗੀ। ਅਨੁਸੂਚਿਤ ਜਾਤੀ ਪਛੜੀ ਸ਼੍ਰੇਣੀ ਉਮੀਦਵਾਰਾਂ ਦੀ ਉੱਪਰਲੀ ਸੀਮਾ ਦੇ ਵਿੱਚ 5 ਸਾਲ ਦੀ ਛੋਟ ਦਿੰਦੇ ਹੋਏ ਇਹ ਉਮਰ ਸੀਮਾ ਜਿਹੜੀ 42 ਸਾਲ ਹੋਵੇਗੀ। ਰਾਜ ਅਤੇ ਕੇਂਦਰ ਸਰਕਾਰ ਦੇ ਜਿਹੜੇ ਕਰਮਚਾਰੀ ਨੇ ਤਾਂ ਇਹਨਾਂ ਲਈ ਉੱਪਰਲੀ ਉਮਰ ਸੀਮਾ 45 ਸਾਲ ਹੈ ਜਿਹੜੀ ਹੋਵੇਗੀ। ਇਸ ਤੋਂ ਇਲਾਵਾ ਸਾਬਕਾ ਫੌਜੀਆ ਦੇ ਕੇਸ ਦੇ ਵਿੱਚ ਉੱਪਰਲੀ ਉਮਰ ਸੀਮਾ ਹੱਦਕ ਪੰਜਾਬ ਰਿਕਰੂਟਮੈਂਟ ਆਫ ਐਕਸਰਬਸਮੈਨ ਰੂਲਜ਼ 1982 ਅਤੇ ਇਹਦੇ ਸਮੇਂ ਸਮੇਂ ਹੋਈਆਂ ਸੋਧਾਂ ਦੇ ਅਨੁਸਾਰ ਹੋਵੇਗੀ ਇਹ ਉਮਰ ਸੀਮਾ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾ ਅਨੁਸਾਰ ਅਸਾਮੀ ਦੀ ਉੱਪਰਲੀ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਅਤੇ ਉਹ ਉਮਰ ਸੀਮਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਅੰਗਹੀਨ ਸ਼੍ਰੇਣੀ ਦੇ ਉਮੀਦਵਾਰਾਂ ਲਈ ਉੱਪਰਲੀ ਉਮਰ ਸੀਮਾ ਵਿੱਚ 10 ਸਾਲ ਦੀ ਛੋੜ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ ਜਿਹੜੀ 47 ਸਾਲ ਹੋਵੇਗੀ ਅੱਗੇ ਇਹਨਾਂ ਨੇ ਰਾਖਮਾ ਕਰਨ ਨੀਤੀ ਦੇ ਅਨੁਸਾਰ ਬੈਕਲੌਗ ਬੇਲਦਾਰਾਂ ਦੀਆਂ ਕੁੱਲ 48 ਖਾਲੀ ਪਈਆਂ ਸਾਮੀਆਂ ਨੂੰ ਅਜੰਡਾ ਨੰਬਰ 3 ਵਿੱਚ ਦਰਸਾਈ ਟੇਬਲ ਅਨੁਸਾਰ ਰੱਖ ਬਕਰਨ ਦੀ ਨੀਤੀ ਅਨੁਸਾਰ ਭਰਤੀ ਇਹ ਜਿਹੜੀ ਕੀਤੀ ਜਾਵੇਗੀ ਨਗਰ ਨਿਗਮ ਮੋਗਾ ਦੇ ਵਿੱਚ ਬੇਲਦਾਰਾਂ ਦੀਆਂ 50 ਨੇੜੀਆਂ ਪ੍ਰਬੰਧਕ ਪੋਸਟਾਂ ਨੇ ਇਸ ਵਿੱਚੋਂ ਦੋ ਪੋਸਟਾਂ ਭਰੀਆਂ ਹੋਈਆਂ ਨੇ ਅਤੇ ਕੁੱਲ 48 ਪੋਸਟਾਂ ਜਿਹੜੀਆਂ ਬਾਕੀ ਬੰਦੀਆਂ ਨੇ ਅਤੇ ਪੋਸਟਾਂ ਲਈ ਭਰਤੀ ਦੀ ਪ੍ਰਕਿਰਿਆ ਇਹ ਕੀਤੀ ਜਾਣੀ ਹੈ ਇਸ ਤੋਂ ਇਲਾਵਾ डीसी फिनेगर निगम होगा ਅਤੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮੋਗਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਸਮਾਜਿਕ ਨਿਆਂ ਤੇ ਘਟ ਗਿਣਤੀ ਵਿਭਾਗ ਜੀ ਦੇ ਪੱਤਰ ਨੰਬਰ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੈ 712021 ਰਾਹੀਂ ਪ੍ਰਵਾਨ ਕੀਤੀ ਨਿਰੀਖਣ ਰਿਪੋਰਟ ਅਨੁਸਾਰ ਅਨੁਸੂਚਿਤ ਜਾਤੀ ਦਾ ਬੈਕਲੌਗ 1 ਹੈ ਤਾਂ ਅੱਗੇ ਸਾਮੀਆਂ ਦੀ ਪੂਰੀ ਡਿਟੇਲ ਹੈ ਕੁੱਲ 48 ਸਾਮੀਆਂ ਨੇ ਅਤੇ ਰੈਗੂਲਰੇ ਭਰਤੀ ਹੈ ਤਾਂ ਇਹਦੇ ਵਿੱਚ ਜਨਰਲ ਕਾਸਟ ਦੀਆਂ ਇਹਦੇ ਵਿੱਚ ਟੋਟਲ 12 ਅਸਾਮੀਆਂ ਜਿਹੜੀਆਂ ਰੱਖੀਆਂ ਗਈਆਂ ਨੇ ਊਮੈਨ ਦੀਆਂ ਇਹਦੇ ਵਿੱਚੋਂ 5 ਬਣਦੀਆਂ ਨੇ ਤਾਂ ਟੋਟਲ ਇਹਦੇ ਵਿੱਚ ਜਿਹੜੀਆਂ ਬਣ ਗਈਆਂ 17 ਪੋਸਟਾਂ ਅੱਗੇ ਐਸਸੀ ਕਾਸਟ ਦੇ ਵਿੱਚ ਐਮ ਅਤੇ ਬੀ ਐਸਸੀ ਬੈਕਲੌਗ ਇੱਥੇ ਨੰਬਰ ਵੀ ਮੈਂਸ਼ਨ ਹੈ ਜਿਹੜੇ ਪੁਆਇੰਟ ਵੀ ਮੈਂਸ਼ਨ ਹੈ ਕੀਤੇ ਨੇ ਤਾਂ ਇਹਦੇ ਵਿੱਚ ਟੋਟਲ ਜਿਹੜੀਆਂ 6 ਅਸਾਮੀਆਂ ਬਣਦੀਆਂ ਨੇ 2 6 ਦੇ ਵਿੱਚੋਂ ਜਿਹੜੀਆਂ ਊਮੈਨ ਦੀਆਂ ਨੇ 4 ਬਾਕੀ ਮੇਲ ਚ ਲਈ ਨੇ ਆਰ ਅਤੇ ਉਹ 53345 ਇੱਥੇ ਇਹਨਾਂ ਨੇ ਪੁਆਇੰਟ ਰੋਸਟ ਰੈਟ ਪੁਆਇੰਟ ਹੁੰਦਾ ਹੈ ਉਹ ਮੈਂਸ਼ਨ ਜਿਹੜਾ ਇਹਦੇ ਵਿੱਚ ਕੀਤਾ ਹੈ ਟੋਟਲ ਤਿੰਨ ਵੈਕੈਂਸੀਆਂ ਨੇ ਦੋ ਵੈਕੈਂਸੀਆਂ ਇਹਦੇ ਵਿੱਚ ਜਿਹੜੀਆਂ ਆਉਣਗੀਆਂ ਊਮੈਨ ਦੀਆਂ ਨੇ ਅਤੇ ਟੋਟਲ ਜੋੜ ਕੇ ਜਿਹੜਾ ਪੰਜ ਵੈਕੈਂਸੀਆਂ ਜਿਹੜੀਆਂ ਇਹਦੀਆਂ ਬਣਦੀਆਂ ਨੇ ਫਿਰ ਅੱਗੇ ਆ ਗਈ BC ਕੈਟਾਗਰੀ ਪੁਆਇੰਟ ਨੰਬਰ ਇਹਨਾਂ ਨੇ 16 24 48 ਦਿੱਤੇ ਹੈ ਟੋਟਲ ਪੰਜ ਸਾਮੀਆਂ ਨੇ ਦੋ ਊਮੈਨ ਦੀਆਂ ਨੇ ਤਿੰਨ ਮੇਲ ਦੀਆਂ ਨੇ ਐਕਸ ਸਰਵਿਸਮੈਨ ਜਨਰਲ 14 44 ਇੱਥੇ ਇਹਨਾਂ ਨੇ ਪੁਆਇੰਟ ਮੈਂਸ਼ਨ ਕੀਤੇ ਐ ਟੋਟਲ ਚਾਰ ਅਸਾਮੀਆਂ ਨੇ ਦੋ ਵੂਮਨ ਦੀਆਂ ਨੇ ਦੋ ਨੇ ਜਿਹੜੀਆਂ ਮੇਲ ਦੀਆਂ ਨੇ ਅੱਗੇ ਐਕ ਸਰਵਿਸਮੈਨ ਦੇ ਵਿੱਚ ਐਸਸੀ ਐਮ ਅਤੇ ਬੀ ਇਹਨਾਂ ਦਾ ਪੁਆਇੰਟ ਹੈ ਜਿਹੜਾ 21 ਨੰਬਰ ਮੈਂਸ਼ਨ ਕੀਤਾ ਸੋ ਇੱਕ ਅਸਾਮੀ ਹੈ ਇਹਦੇ ਵਿੱਚ ਜਿਹੜੀ ਆਈ ਹੈ ਸੋ ਟੋਟਲ ਇੱਕ ਅਸਾਮੀ ਹੈ ਫੀਮੇਲ ਦੀ ਵਿੱਚ ਜਿਹੜੀ ਕੋਈ ਵੀ ਅਸਾਮੀ ਨਹੀਂ ਆਈ ਐਸਸੀ ਆਰ ਅਤੇ ਓ ਇਹਨਾਂ ਦੀ ਕੋਈ ਵੈਕੈਂਸੀ ਨਹੀਂ ਹੈ ਵੀਸੀ ਇਹਨਾਂ ਦਾ ਜਿਹੜਾ ਪੁਆਇੰਟ ਨੰਬਰ ਆ ਉਹ 35 ਹੈ ਇੱਕ ਵੈਕੈਂਸੀ ਆਈ ਹੈ ਸੋ ਫੀਮੇਲ ਦੀ ਇਹਦੇ ਵਿੱਚ ਵੀ ਕੋਈ ਵੈਕੈਂਸੀ ਨਹੀਂ ਆਈ ਅੱਗੇ ਆ ਗਿਆ ਸਪੋਰਟਸ ਜਨਰਲ ਕੈਟਾਗਰੀ ਸੋ ਇਹਦੇ ਵਿੱਚ ਇੱਕ ਵੈਕੈਂਸੀ ਹੈ ਜਿਹੜੀ ਆਊਟ ਕੀਤੀ ਗਈ ਹੈ ਐਸ ਸੀ ਐਮ ਅਤੇ ਬੀ ਇਹਨਾਂ ਦੀ ਵੀ ਇੱਕ ਵੈਕੈਂਸੀ ਹੈ ਸੋ ਫੀਮੇਲ ਦੀ ਕੋਈ ਵੈਕੈਂਸੀ ਨਹੀਂ ਹੈ ਐਸ ਸੀ ਆਰ ਅਤੇ ਓ ਸਪੋਰਟਸ ਦੇ ਵਿੱਚ ਇਹਨਾਂ ਦੀ ਵੀ ਕੋਈ ਵੀ ਮੇਲ ਅਤੇ ਫੀਮੇਲ ਦੀ ਵੈਕੈਂਸੀ ਜਿਹੜੀ ਨਹੀਂ ਆਈ ਸੋ ਅੱਗੇ ਫਿਜ਼ੀਕਲੀ ਹੈਂਡੀਕੈਪਡ ਊਮਨ ਆਰਥੋ ਸੋ ਇਹਦੀਆਂ ਦੋ ਵੈਕੈਂਸੀਆਂ ਨੇ ਵਿਜ਼ੂਅਲੀ ਇੰਪੇਅਰਡ hearing impaired idmd ਸੋ ਇਹਨਾਂ ਦੀ ਕੋਈ ਵੀ ਵੈਕੈਂਸੀ ਜਿਹੜੀ ਨਹੀਂ ਆਈ ਅੱਗੇ ਫਰੀडम फाइਟਰ ਜਿਹਨੂੰ ਆਪਾਂ ਆਜ਼ਾਦੀ ਘੁਲਾਟੀ ਕਹਿੰਦੇ ਆ ਸੋ ਇਹਨਾਂ ਦੀ ਕੋਈ ਵੀ ਵੈਕੈਂਸੀ ਨਹੀਂ ਆਈ ایਡਬਲਯੂਐਸ ਜਨਰਲ 20 30 50 ਇੱਥੇ ਨੰਬਰ ਮੈਂਨਸ ਕੀਤਾ ਗਿਆ ਦੋ ਜਿਹੜੀਆਂ ਇਹਦੇ ਵਿੱਚ ਵੈਕੈਂਸੀਆਂ ਊਮੈਨ ਦੀਆਂ ਨੇ ਤਿੰਨ ਮੇਲ ਦੀਆਂ ਨੇ ਟੋਟਲ ਪੰਜ ਵੈਕੈਂਸੀਆਂ ਜਿਹੜੀਆਂ ਬਣਦੀਆਂ ਨੇ ਤਾਂ ਟੋਟਲ ਇਹ ਵੈਕੈਂਸੀਆਂ ਜਿਹੜੀਆਂ 32 ਬਣਦੀਆਂ ਨੇ ਜਿਹਦੇ ਵਿੱਚ 16 ਬਣਦੀਆਂ ਨੇ ਈਆਂ ਊਮੈਨ ਦੀਆਂ ਤੇ ਕੁੱਲ ਬਣ ਗਿਆ ਇਹ 48 ਪੋਸਟਾਂ ਸੋ ਸਾਰੀਆਂ ਪੋਸਟਾਂ 50 ਸੀ ਦੋ ਪੋਸਟਾਂ ਜਿਹੜੀਆਂ ਪਹਿਲਾਂ ਇਹਦੇ ਵਿੱਚ ਭਰੀਆਂ ਹੋਈਆਂ ਸੀ ਤਾਂ ਅੱਗੇ ਵਿਦਿਆਗਯੋਗਤਾ ਆ ਗਈ ਤਾਂ ਪੰਜਾਬ ਮਿਊਨਿਸਪਲ EMPLOYEES CLASS 4 ਸਰਵਿਸ ਰੂਲ 1988 ਅਨੁਸਾਰ ਬੇਲਦਾਰਾਂ ਦੀ ਭਰਤੀ ਸੰਬੰਧੀ ਵਿਦਿਆਗਯੋਗਤਾ ਮਿਡਲ ਪਾਸ ਇਹ ਜਿਹੜੀ ਰੱਖੀ ਗਈ ਹੈ ਜੇਕਰ ਪ੍ਰਾਰਥੀ ਨੇ 8ਵੀਂ ਕਲਾਸ ਪੰਜਾਬੀ ਭਾਸ਼ਾ ਸਮੇਤ ਪਾਸ ਨਹੀਂ ਕੀਤੀ ਤਾਂ ਪ੍ਰਾਰਥੀ ਪੰਜਾਬੀ ਭਾਸ਼ਾ ਦਾ ਟੈਸਟ ਦੇਣ ਲਈ پابੰਦ ਰਹੇਗਾ ਅਤੇ ਉਸ ਟੈਸਟ ਵਿੱਚੋਂ ਘੱਟੋ-ਘੱਟ 50% ਨੰਬਰ ਆ ਜਿਹੜੇ ਲੈਣੇ ਲਾਜ਼ਮੀ ਹੋਣਗੇ ਸੋ ਜਿਨ੍ਹਾਂ ਨੇ 10ਵੀਂ ਮਿਡਲ ਮਿਡਲ ਕਲਾਸ ਦੇ ਵਿੱਚ ਹੈ ਜਿਹੜਾ 8ਵੀਂ ਕਲਾਸ ਜੀ ਨੂੰ ਆਪਾਂ ਕਹਿੰਦੇ ਆ ਪੰਜਾਬੀ ਭਾਸ਼ਾ ਪੰਜਾਬੀ ਸਬਜੈਕਟ ਪਾਸ ਕੀਤਾ ਹੋਇਆ ਤਾਂ ਉਹਨਾਂ ਠੀਕ ਹੈ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਉਹਨਾਂ ਨੂੰ ਪੰਜਾਬੀ ਦਾ ਪੇਪਰ ਹੈ ਜਿਹੜਾ ਦੇਣਾ ਹੋਏਗਾ ਸੋ ਤਜਰਬੇ ਵਾਲੇ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਅੰਕਾਂ ਦਾ ਵੇਰਵਾ ਵੀ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੈ ਜੋ ਉਮੀਦਵਾਰ ਸਰਕਾਰੀ ਅਰਧ ਸਰਕਾਰੀ ادارے ਵਿੱਚ ਬੇਲਦਾਰ ਦੇ ਕੰਮ ਦਾ ਤਜਰਬਾ ਰੱਖਦਾ ਹੋਵੇ ਤਾਂ ਉਸ ਉਮੀਦਵਾਰ ਨੂੰ ਹੇਠ ਲਿਖੇ ਅਨੁਸਾਰ ਅੰਕ ਦਿੱਤੇ ਜਾਣਗੇ 1 ਤੋਂ 3 ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 5 ਅੰਕ ਨੇ ਇੰਨੇ ਤੋਂ 7 ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 10 ਅੰਕ ਨੇ 7 ਤੋਂ 10 ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 15 ਅੰਕ ਨੇ 10 ਤੋਂ ਵੱਧ ਸਾਲ ਤੱਕ ਦੇ ਤਜਰਬੇ ਵਾਲੇ ਉਮੀਦਵਾਰ ਨੂੰ 20 ਅੰਕ ਜਿਹੜੇ ਵਿੱਚ ਦਿੱਤੇ ਜਾਣਗੇ ਇਸ਼ਤਿਹਾਰ ਦੀ ਮਿਤੀ ਤੱਕ ਜੋ ਉਮੀਦਵਾਰ ਬਤੌਰ ਬੇਲਦਾਰ ਪੰਜਾਬ ਦੀਆਂ ਨਗਰ ਨਿਗਮਾਂ ਦੇ ਵਿੱਚ ਕੰਮ ਕਰਦਾ ਹੋਵੇਗਾ ਜਾਂ ਹੋਵੇਗੀ ਉਸ ਉਮੀਦਵਾਰ ਨੂੰ 5 ਅੰਕ ਵੱਖਰੇ ਤੌਰ ਤੇ ਜਿਹੜੇ ਦਿੱਤੇ ਜਾਣਗੇ ਤਾਂ ਅੱਗੇ ਇਹਨਾਂ ਨੇ ਭਰਤੀ ਸੰਬੰਧੀ ਹੋਰ ਸ਼ਰਤਾਂ ਜਿਹੜੀਆਂ ਦਿੱਤੀਆਂ ਨੇ ਉਮੀਦਵਾਰ ਪਾਸ ਆ ਜਿਹੜਾ ਪੰਜਾਬ ਦਾ ਪੱਕਾ ਵਸਨੀਕ ਹੋਣ ਦਾ ਸਰਟੀਫਿਕੇਟ ਸਮਰਾਥ ਅਧਿਕਾਰੀ ਪਾਸੋਂ ਜਾਰੀ ਜਿਹੜਾ ਕੀਤਾ ਹੋਣਾ ਜ਼ਰੂਰੀ ਹੈ ਉਮੀਦਵਾਰ ਤੋਂ ਬੇਲਦਾਰ ਦਾ ਕੰਮ ਹੈ ਜਿਹੜਾ ਲਿਆ ਜਾਵੇਗਾ ਜੋ ਉਮੀਦਵਾਰ ਉੱਪਰ ਦਰਜਾ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾਵੇਗਾ ਉਕਤ ਨੰਬਰਾਂ ਅਨੁਸਾਰ ਸਾਂਝੀ ਮੈਰਿਟ ਲਿਸਟ ਕੈਟਾਗਰੀ ਵਾਈਜ਼ ਮੈਰਿਟ ਲਿਸਟ ਵਿੱਚ ਸਮਾਨ ਨੰਬਰਾਂ ਵਾਲੇ ਉਮੀਦਵਾਰਾਂ ਵਿੱਚੋਂ ਉਮਰ ਦੇ ਹਿਸਾਬ ਨਾਲ ਵੱਡੀ ਉਮਰ ਦੇ ਉਮੀਦਵਾਰ ਨੂੰ ਮੈਰਿਟ ਵਿੱਚ ਰੱਖਿਆ ਜਾਵੇਗਾ ਜੇਕਰ ਉਮੀਦਵਾਰਾਂ ਦੀ ਉਮਰ ਅਤੇ ਅੰਕਾਂ ਵਿੱਚ ਸਮਾਨਤਾ ਹੋਵੇਗੀ ਤਾਂ ਵੱਧ ਯੋਗਤਾ ਵਾਲੇ ਉਮੀਦਵਾਰਾਂ ਨੂੰ ਮੈਰਿਟ ਲਿਸਟ ਵਿੱਚ ਰੱਖਿਆ ਜਾਵੇਗਾ ਕਿਸੇ ਵੀ ਹੋਰ ਵਿਧੀ ਰਾਹੀਂ ਦਿੱਤੀ ਜਾਣ ਵਾਲੀ ਅਰਜੀ ਤੇ ਕੋਈ ਗੌਰ ਆ ਜਿਹੜੀ ਨਹੀਂ ਕੀਤੀ ਜਾਵੇਗੀ ਰਾਖਵਾਕਰਨ ਸ਼੍ਰੇਣੀ ਅਧੀਨ ਉਮੀਦਵਾਰ ਨੂੰ ਆਪਣਾ ਸ਼੍ਰੇਣੀ ਦਾ ਸਰਟੀਫਿਕੇਟ ਦਰਖਾਸਤ ਨਾਲ ਨੱਥੀ ਕਰਨਾ ਪਵੇਗਾ ਸਰਟੀਫਿਕੇਟ ਦਰਖਾਸਤ ਨਾਲ ਨੱਥੀ ਹੋਣ ਦੀ ਸੂਰਤ ਵਿੱਚ ਅਰਜੀ ਨੂੰ ਅਯੋਗੜਾ ਸਮਝਿਆ ਜਾਵੇਗਾ ਅਰਜੀ ਨਾਲ ਪ੍ਰਾਪਤ ਦਸਤਾਵੇਜ਼ ਨੂੰ ਅੰਤਮ ਸਮਝਿਆ ਜਾਵੇਗਾ ਅਰਜੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਤੋਂ ਬਾਅਦ ਕੋਈ ਵੀ ਦਸਤਾਵੇਜ਼ ਜਮ੍ਹਾਂ ਜਿਹੜਾ ਨਹੀਂ ਕਰਵਾਇਆ ਜਾਵੇਗਾ ਅਰਜੀ ਦੇਣ ਵਾਲੇ ਨੂੰ ਹਲਫੀਆ ਬਿਆਨ ਦੇਣਾ ਪਵੇਗਾ ਕਿ ਉਸ ਨੂੰ ਕਦੇ ਵੀ ਕਿਸੇ ਵੀ ਮਾਨਯੋਗ ਅਦਾਲਤ ਵੱਲੋਂ ਫੌਜਦਾਰੀ ਕੇਸਾਂ ਦੇ ਵਿੱਚ ਦੋਸ਼ੀ ਕਰਾਰ ਹੈ ਜਿਹੜਾ ਨਹੀਂ ਦਿੱਤਾ ਗਿਆ ਤਾਂ ਅੱਗੇ ਆ ਗਿਆ ਜੀ ਤੁਹਾਡਾ ਇਹ ਫਾਰਮ ਜਿਹੜਾ ਤੁਸੀਂ ਭਰਨਾਗਾ ਤਾਂ ਸਭ ਤੋਂ ਪਹਿਲਾਂ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗੀ ਗਈ ਇਸ ਬਾਕਸ ਦੇ ਵਿੱਚ ਜੋ ਸੱਜੇ ਹੱਥ ਦੇਖ ਰਹੇ ਹੋ ਤਾਂ ਫਿਰ ਤੁਹਾਡਾ ਨਾਮ ਆ ਜਾਏਗਾ ਫਿਰ ਤੁਹਾਡੇ ਪਿਤਾ ਦਾ ਨਾਮ ਅਗਰ ਤੁਸੀਂ ਮੈਰਿਡ ਹੋ ਤਾਂ ਪਤੀ ਦਾ ਨਾਮ ਆ ਜਾਏਗਾ ਸੋ ਜਨਮ ਮਿਤੀ ਦਾ ਇੱਥੇ ਤੁਹਾਡਾ ਸਰਟੀਫਿਕੇਟ ਤੁਹਾਨੂੰ ਫੋਟੋਕਾਪੀ ਨਾਲ ਲਾਉਣੀ ਹੋਏਗੀ ਇੱਥੇ ਤੁਹਾਨੂੰ ਲਿਖਣੀ ਵੀ ਹੈ ਕਿ ਕਿੰਨੀ ਡੇਟ ਆਫ ਬਰਥ ਹੈ ਸੋ ਕਿੰਨੀ ਤੁਹਾਡੀ ਉਮਰ ਬੰਦੀ ਹੈ ਉਹ ਲਿਖਣੀ ਹੋਏਗੀ ਤੁਹਾਡਾ ਜਨਮ ਸਥਾਨ ਘਰ ਦਾ ਪੱਕਾ ਪਤਾ ਪੱਤਰ ਵਿਹਾਰ ਲਈ ਪਤਾ ਤੁਹਾਡਾ ਮੋਬਾਈਲ ਨੰਬਰ ਤੁਹਾਡੀ ਕੈਟਾਗਰੀ ਤੁਹਾਡੀ ਕੌਮੀਅਤ ਵਿਦਿਅਕ ਯੋਗਤਾ ਦਾ ਵੇਰਵਾ ਪਾਸ ਪ੍ਰੀਖਿਆ ਦਾ ਵੇਰਵਾ ਜਿਹਦੇ ਵਿੱਚ ਤੁਹਾਡਾ ਬੋਰਡ ਆ ਗਿਆ ਕਿਹੜੇ ਬੋਰਡ ਤੋਂ ਤੁਸੀਂ ਪਾਸ ਕਰੀ ਹੈ ਤੁਹਾਡੇ ਪਾਸ ਅੰਕ ਕਿੰਨੇ ਹੈ ਕੁੱਲ ਕਿੰਨੇ ਅੰਕ ਨੇ ਅਤੇ ਪ੍ਰਾਪਤ ਕਦਨੇ ਕੀਤੇ ਅਤੇ ਕਿੰਨੇ ਪਰਸੈਂਟ ਤੁਹਾਡੇ ਜਿਹੜੇ ਬੰਦੇ ਆ ਅੱਗੇ ਪੰਜਾਬੀ ਪੜ੍ਹ ਲਿਖ ਸਕਦਾ ਹੈ ਜਾਂ ਨਹੀਂ ਤਾਂ ਸਾਰੀ ਹੋਣਗੇ ਇਹਦੇ ਵਿੱਚ ਹਾਂ ਆ ਜਾਏਗਾ ਸੋ ਤਜਰਬਾ ਤੁਹਾਡੇ ਕੋਲ ਹੈਗਾ ਜਾਂ ਨਹੀਂ ਤਾਂ ਹੈਗਾ ਤਾਂ ਹਾਂ ਲਿਖ ਦਿਓ ਕਿੰਨੇ ਸਾਲ ਦਾ ਉਹ ਵੀ ਲਿਖ ਦਿਓ ਤਜਰਬਾ ਸਰਟੀਫਿਕੇਟ ਕਿਸੇ ਸਰਕਾਰੀ ਅਧਿਕਾਰੀ ਨੇ ਜਾਰੀ ਕੀਤਾ ਹੈ ਤਾਂ ਉਹ ਵੀ ਲਿਖ ਦਿਓ ਤਾਂ ਇੱਥੇ ਤੁਹਾਡਾ ਹਲਫੀਅਨ ਹੈ ਜਿਹੜਾ ਇਹਦੇ ਵਿੱਚ ਆ ਜਾਏਗਾ ਮੈਂ ਇਥੋਂ ਤੁਹਾਡਾ ਨਾਮ ਆ ਜਾਏਗਾ ਪੁੱਤਰ ਪੁੱਤਰੀ ਪਤਨੀ ਤੁਹਾਡੀ ਏਜ ਤੇ ਤੁਹਾਡੀ ਸਵੈ ਘੋਸ਼ਣਾ ਕਰਦਾ ਹਾਂ ਜਾਂ ਕਰਦੀ ਹਾਂ ਉਸ ਹਿਸਾਬ ਨਾਲ ਟਿੱਕ ਲਗਾ ਦਿਓ ਇਥੇ ਤੁਹਾਡੇ ਸਾਈਨ ਜਿਹੜੇ ਹੋ ਜਾਣਗੇ ਤੇ ਤੁਹਾਡਾ ਮੋਬਾਈਲ ਨੰਬਰ ਜਿਹੜਾ ਇੱਥੇ ਸਬਮਿਟ ਹੋ ਜਾਏਗਾ ਸੋ ਨਾਲ ਇਥੇ ਸਬੂਤਾਂ ਦੀ ਗਿਣਤੀ ਕਿੰਨੇ ਤੁਹਾਡੇ ਨਾਲ ਫੋਟੋਕਾਪੀਆਂ ਲਾਈਆਂ ਨੇ ਜਨਮ ਦਾ ਸਰਟੀਫਿਕੇਟ ਆ ਗਿਆ ਕੁਆਲਿਫਿਕੇਸ਼ਨ ਆ ਗਈ ਤੋਂ ਇਦਾਂ ਦੇ ਸਰਟੀਫਿਕੇਟ ਜਿਹੜੇ ਉੱਪਰ ਕਾਲਮ ਦੇ ਵਿੱਚ ਦੱਸੇ ਗਏ ਸੀਗੇ ਉਹ ਨਾਲ ਅਟੈਚ ਕਰ ਦਿਓ ਤਾਂ ਇਸ ਤਰ੍ਹਾਂ ਤੁਸੀਂ ਸਾਰਾ ਆਪਣਾ ਫਾਰਮ ਜਿਹੜਾ ਭਰ ਸਕਦੇ ਹੋ ਸੋ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ